ਸਾਧ ਸੰਗਤ ਜੀ ਪਿੰਡ ਜੈਮਲ ਵਾਲਾ ਨਵਾਂ ਚੰਦ ਦੇ ਵਿਚਾਲੇ ਸੜਕ ਦੇ ਉੱਪਰ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਛੇਵੀਂ ਹੈ। ਸਾਧ ਸੰਗਤ ਜੀ ਇਸ ਅਸਥਾਨ ਤੋਂ ਕੈਂਸਰ ਦੀ ਦਵਾਈ ਅਤੇ ਸਰੀਰ ਦੇ ਵਿੱਚ ਗੰਢਾਂ ਬਣ ਜਾਂਦੀਆਂ ਹਨ ਉਹਨਾਂ ਦੀ ਦਵਾਈ ਮਿਲਦੀ ਹੈ। ਸਾਧ ਸੰਗਤ ਜੀ ਇਸ ਅਸਥਾਨ 'ਤੇ ਦਰਸ਼ਨ ਕਰੋ ਅਤੇ ਜਿਸ ਨੂੰ ਪ੍ਰੋਬਲਮ ਹੈ ਦਵਾਈ ਲਓ ਅਤੇ ਰੋਗ ਦੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਭਾਈ ਜੈਮਲ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਅਸਥਾਨ 'ਤੇ ਸੇਵਾ ਕੀਤੀ ਸੀ ਅਤੇ ਗੁਰੂ ਸਾਹਿਬ ਜੀ ਨੇ ਉਸ ਦੇ ਨਾਂ 'ਤੇ ਹੀ ਪਿੰਡ ਬੰਨ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜੋ ਸਾਧ ਸੰਗਤ ਜੀ, ਅੱਜ ਦਰਸ਼ਨ ਕਰਦੇ ਹਾਂ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਛੇਵੀਂ। ਸਾਧ ਸੰਗਤ ਜੀ, ਜਦ ਗੁਰੂ ਸਾਹਿਬਾਨ ਭਾਈ ਰੂਪੇ ਤੋਂ ਵਾਪਸ ਆਉਂਦੇ ਸੀ ਤਾਂ ਇਸ ਅਸਥਾਨ 'ਤੇ ਆਰਾਮ ਕਰਨ ਲਈ ਰੁਕੇ। ਸਾਧ ਸੰਗਤ ਜੀ, ਇੱਥੇ ਇੱਕ ਬਹੁਤ ਵੱਡੀ ਚਿੜੀ ਸੀ। ਆਪਣਾ ਘੋੜਾ ਇੱਥੇ ਇੱਕ ਵਣ ਹੈ ਉਸ ਦੇ ਨਾਲ ਬੰਨਿਆ, ਜੋ ਕਿ ਅੱਜ ਵੀ ਮੌਜੂਦ ਹੈ, ਜੋ ਸਰੋਵਰ ਦੇ ਲਹਿੰਦੇ ਵਾਲੇ ਪਾਸੇ ਮੌਜੂਦ ਹੈ। ਸਰੋਵਰ ਵਾਲੀ ਜਗ੍ਹਾ 'ਤੇ ਕੱਚੀ ਇੱਕ ਛਪੜੀ ਸੀ, ਜੋ ਕਿ ਅੱਜ ਪੱਕਾ ਸਰੋਵਰ ਬਣਾਇਆ ਹੋਇਆ ਹੈ। ਸਾਧ ਸੰਗਤ ਜੀ, ਇੱਥੇ ਭਾਈ ਜੈਮਲ ਜੀ ਅਤੇ ਸਾਥੀ ਮਾਲ ਡੰਗਰ ਚਾਰਦੇ ਸਨ। ਜਦੋਂ ਭਾਈ ਜੈਮਲ ਜੀ ਨੇ ਗੁਰੂ ਸਾਹਿਬਾਨ ਜੀ ਨੂੰ ਦੇਖਿਆ ਤਾਂ ਜਲਦੀ ਗੁਰੂ ਸਾਹਿਬਾਨ ਜੀ ਕੋਲ ਪਹੁੰਚੇ ਅਤੇ ਬਚਨ ਬਲਾਸ ਕੀਤੇ, ਗੁਰੂ ਸਾਹਿਬਾਨ ਜੀ ਨੂੰ ਨਮਸਕਾਰ ਕੀਤੀ। ਸਾਧ ਸੰਗਤ ਜੀ, ਗੁਰੂ ਸਾਹਿਬਾਨ ਜੀ ਨੂੰ ਭਾਈ ਜੈਮਲ ਜੀ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ, ਤੁਸੀਂ ਆਰਾਮ ਕਰੋ, ਅਸੀਂ ਤੁਹਾਡੇ ਲਈ ਪ੍ਰਸ਼ਾਦਾ ਤਿਆਰ ਕਰਾ ਕੇ ਲਿਆਉਂਦੇ ਹਾਂ। ਭਾਈ ਜੈਮਲ ਜੀ ਚੰਦ ਪੁਰਾਣੇ ਤੋਂ ਪ੍ਰਸ਼ਾਦਾ ਤਿਆਰ ਕਰਕੇ ਲਿਆਏ। ਗੁਰੂ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ ਅਤੇ ਭਾਈ ਜੈਮਲ ਜੀ ਨੂੰ ਵਰ ਦਿੱਤਾ ਕਿ ਤੇਰੇ ਨਾਮ 'ਤੇ ਹੀ ਨਗਰ ਵਸੇਗਾ ਅਤੇ ਇਸ ਅਸਥਾਨ 'ਤੇ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ। ਭਾਈ ਜੈਮਲ ਜੀ ਇਸ ਅਸਥਾਨ 'ਤੇ ਸੇਵਾ ਕਰਦੇ ਰਹੇ ਸਨ ਅਤੇ ਭਾਈ ਜੈਮਲ ਜੀ ਦੇ ਨਾਂ 'ਤੇ ਪਿੰਡ ਜੈਮਲ ਵਾਲਾ ਵਸ ਗਿਆ। ਸਾਧ ਸੰਗਤ ਜੀ, ਇਹ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ। ਸਾਧ ਸੰਗਤ ਜੀ, ਇਸ ਅਸਥਾਨ 'ਤੇ ਆ ਕੇ ਤੁਸੀਂ ਵੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੋ ਅਤੇ ਆਪਣੀਆਂ ਮਨੋਕਾਮਨਾ ਪੂਰੀਆਂ ਪਾਵੋ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰੋ।